ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੰਥ ਤੋਂ ਦਾਸ ਸਿਮਰਨਜੀਤ ਸਿੰਘ ਮਾਨ ਅੱਜ ਸੰਗਰੂਰ ਤੋਂ ਤੁਹਾਡੇ ਨਾਲ ਨਿੱਜੀ ਗੱਲਾਂ ਕਰ ਰਿਹਾ ਹਾਂ। ਅੱਜ ਮਈ ਦੀ 27 ਤਰੀਕ ਹੋ ਗਈ ਹੈ ਅਤੇ ਇਲੈਕਸ਼ਨਾਂ 1 ਜੂਨ ਨੂੰ ਹੋ ਰਹੀਆਂ। ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਔਰ ਇੰਦਰਾ ਗਾਂਧੀ BJP ਬਰਤਾਨੀਆ ਅਤੇ ਰੂਸ ਨੇ ਮਿਲਟਰੀ ਏਡ ਦੇ ਕੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ। ਧਰਤੀ ਲੂ ਵੱਧ ਰਹੀ ਹੈ, ਕੱਲ 50 ਡਿਗਰੀ ਸੈਂਟੀਗ੍ਰੇਡ ਤਾਪਮਾਨ ਸੀਗਾ। ਜਦੋਂ ਅਸੀਂ ਭਾਈ ਲੱਖੇ ਦੀ ਰੋਡ ਸ਼ੋਅ ਕਰ ਰਹੇ ਸੀਗੇ, 40 ਸਾਲ ਹੋ ਗਏ ਮੈਨੂੰ, ਮੈਂ ਪੰਥ ਦੀ ਸੇਵਾ ਕੀਤੀ ਹੈ, ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈਗਾ। ਪਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਗੁਰਚਰਨ ਸਿੰਘ ਭੁੱਲਰ ਸਾਡੇ ਕੈਂਡੀਡੇਟ ਹੈਗੇ ਹੈ ਫਿਰੋਜ਼ਪੁਰ ਦੇ, ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ, ਕੰਮ ਕਰਨ ਵਾਲੇ ਹੈ, ਕਿਰਤ ਕਰਨ ਵਾਲੇ ਹੈ, ਫਿਰੋਜ਼ਪੁਰ ਦੇ ਜਥੇਦਾਰ ਹੈ ਅਤੇ ਸਾਰਾ ਇਲਾਕਾ ਬਹੁਤ ਅੱਛੀ ਤਰ੍ਹਾਂ ਸਾਹਮਣੇ ਹੈ। ਉਹ ਸਾਡੇ ਕੈਂਡੀਡੇਟ ਫਿਰੋਜ਼ਪੁਰ ਤੋਂ ਹੈ, ਉਹਨਾਂ ਦੇ ਵੀ ਕੈਂਡੀਡੇਟਰ ਦੇ ਵਿੱਚ ਜਿਹੜੇ ਲੋਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੰਤਾਂ ਦੀ ਸੋਚ ਤੋਂ ਵਿਛੜ ਗਏ ਸੀਗੇ, ਉਹ ਅੱਜ ਇਕੱਠੇ ਹੋ ਗਏ ਹੈ ਇੱਕ ਮੰਚ ਦੇ ਉੱਤੇ। ਬੇਸ਼ੱਕ ਸੰਤ ਮਹਾਰਾਜ ਕਰਤਾਰ ਸਿੰਘ ਦਾ ਪਰਿਵਾਰ ਹੋਵੇ, ਬੇਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਪਰਿਵਾਰ ਹੋਵੇ, ਸਾਡੇ ਸਿੱਖ ਮਜ਼ਹਬ ਦੇ ਵਿੱਚ ਜਿਹੜੇ ਪਰਿਵਾਰ ਹੁੰਦੇ ਹੈ ਉਹਨਾਂ ਦੀ ਮਹਾਨਤਾ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਗੱਦੀ ਨਹੀਂ ਸੀ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਵੀ ਆਪਣੇ ਸਾਹਿਬਜ਼ਾਦੇ ਨਾਲ ਨਾਰਾਜ਼ ਹੋ ਗਏ ਸੀਗੇ। ਇਸ ਤਰ੍ਹਾਂ ਇਹ ਰਿਸ਼ਤੇਦਾਰੀਆਂ ਦੇ ਵਿੱਚ ਪੈ ਕੇ ਅਕਾਲੀ ਦਲ ਨਹੀਂ ਚੱਲ ਸਕਦਾ। ਮਸਾਂ 40 ਸਾਲ ਦੇ ਯੁੱਧ ਤੋਂ ਬਾਅਦ ਅਸੀਂ ਪਰਿਵਾਰਵਾਦ ਤੋਂ ਬਾਅਦ ਬਾਹਰ ਇਹ ਪਾਰਟੀ ਨੂੰ ਕੱਢਿਆ ਹੈਗਾ ਅੱਜ ਬੜੀ ਮੁਸ਼ਕਲਾਂ ਨਾਲ, ਅਤੇ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰ ਰਹੇ ਆ। ਫਰੀਦਕੋਟ ਤੋਂ ਸਾਡਾ ਬਲਦੇਵ ਸਿੰਘ ਗਗੜਾ ਖੜ੍ਹਾ ਹੋਇਆ ਜਿਹੜਾ ਬਹੁਤ ਇਮਾਨਦਾਰ ਹੈ, ਅਤੇ ਇਸ ਨੂੰ ਪਾਰਟੀ ਨੇ ਅਨਾਊਂਸ ਕੀਤਾ ਕੈਂਡੀਡੇਟ। ਉਸ ਤੋਂ ਬਾਅਦ ਇਹ ਜਿਹੜੇ ਬਾਗੀ ਧਿਰ ਨੇ ਇਹਨਾਂ ਨੇ ਸਰਬਜੀਤ ਸਿੰਘ ਨੂੰ ਉੱਥੇ ਆ ਕੇ ਖੜ੍ਹਾ ਕਰਤਾ। ਅਸੀਂ ਸਰਬਜੀਤ ਸਿੰਘ ਜੀ ਨੂੰ 2 ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਹੈ, ਬੜੀ ਕਾਮਯਾਬੀ ਨਾਲ ਲੜਾਏ ਹੈ। ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫਿਰ ਇਹਨਾਂ ਦਾ ਮੂੰਹ ਨਹੀਂ ਦੇਖਿਆ। ਉਸ ਤੋਂ ਬਾਅਦ
ਸਰਬਜੀਤ ਸਿੰਘ ਨੇ ਮੈਨੂੰ ਮਾਵਾਂ ਭੈਣਾਂ ਧੀਆਂ ਮੇਰੇ ਘਰ ਵਾਲਿਆਂ ਦੀਆਂ ਗਾਲਾਂ ਕੱਢੀਆਂ। ਮੈਂ ਕਿਸੇ ਨੂੰ ਦੱਸਿਆ ਨਹੀਂ, ਮੈਂ ਕੋਈ ਐਕਸ਼ਨ ਨਹੀਂ ਲਿਆ, ਮੈਂ ਖਾਮੋਸ਼ ਰਿਹਾ। ਅੱਜ ਬਹੁਤ ਸਾਰੇ ਸਿੱਖ ਕਹਿੰਦੇ ਹੈ ਕਿ ਸਰਬਜੀਤ ਸਿੰਘ ਨੂੰ ਫਰੀਦਕੋਟ ਦੀ ਸੀਟ ਛੱਡ ਦਿਓ। ਅਸੀਂ ਪਾਰਟੀ ਵੱਲੋਂ ਜਿਹੜਾ ਕੈਂਡੀਡੇਟ ਸਰਦਾਰ ਬਲਦੇਵ ਸਿੰਘ ਉਤਾਰਿਆ, ਉਹ ਪਾਰਟੀ ਉਤਾਰ ਸਕਦੀ ਹੈ। ਸਿਮਰਨਜੀਤ ਸਿੰਘ ਦੇ ਕੋਲ ਕੋਈ ਸ਼ਕਤੀ ਨਹੀਂ ਹੈ ਉਤਾਰਨ ਦੀ, ਅਤੇ ਸਰ ਸਰਬਜੀਤ ਸਿੰਘ ਕਦੇ ਵੀ ਆਪਣੇ ਪਾਪਾ ਸਰਦਾਰ ਬੇਅੰਤ ਸਿੰਘ ਸ਼ਹੀਦ ਦੀ ਬਰਸੀ 'ਤੇ ਨਹੀਂ ਆਏ, ਜਦਕਿ ਅਸੀਂ ਦਿੱਲੀ ਦੇ ਵਿੱਚ ਗੜ੍ਹ ਹਿੰਦੁਤਵਾ ਦਾ, ਜਿੱਥੇ ਸਾਡੇ 'ਤੇ ਸ਼ਹਾਦਤ ਵੀ ਹੋਇਆ, ਹਰੇਕ ਸਾਲ ਉਹਨਾਂ ਦੀ ਬਰਸੀ ਮਨਾਉਂਦੇ ਹਾਂ। ਅਤੇ ਤੁਹਾਡੇ ਕੋਲ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਇੱਕ ਕਨਾਲ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਤਿੰਨ ਸ਼ਹੀਦਾਂ ਦਾ ਸ਼ਹੀਦ ਘਰ ਗੁਰਦੁਆਰਾ ਅਸਾਰੀਏ, ਸਰਦਾਰ ਬੇਅੰਤ ਸਿੰਘ ਦਾ, ਸਤਵੰਤ ਸਿੰਘ ਦਾ, ਸਾਰਕੇਤ ਸਿੰਘ ਦਾ। ਇਦੋ ਜ਼ਿਆਦਾ ਸਾਧ ਸੰਗਤ ਜੀ ਅਸੀਂ ਨਹੀਂ ਕੁਛ ਕਰ ਸਕਦੇ। ਜੇ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗਧੇ ਦੇ ਉੱਤੇ ਬਿਠਾ ਕੇ ਪੰਥ ਤੋਂ ਬਾਹਰ ਕੱਢਣਾ, ਇਹ ਤੁਹਾਡੀ ਮਰਜ਼ੀ ਹੈ। ਮੈਂ ਗਧੇ ਦੀ ਸਵਾਰੀ ਕਰਨ ਨੂੰ ਤਿਆਰ, ਪਰ ਪਾਰਟੀ ਦੇ ਡਿਸਿਪਲਿਨ 'ਚ ਤੁਸੀਂ ਦੱਸ ਦਿਓ ਜੇ ਤੁਸੀਂ ਕਿਸੇ ਨੇ ਵੀ, ਜਿਹੜੇ ਹਿੰਦ ਹਕੂਮਤ ਨੇ ਕੈਨੇਡਾ ਦੇ ਵਿੱਚ ਨਿੱਜਰ ਮਲਕ ਸਖਦੂਲ ਸਿੰਘ ਕਤਲ ਕੀਤੇ ਹੈ, ਕਿਸੇ ਨੇ ਉਹਨਾਂ ਦਾ ਨਾਂ ਲਿਆ? ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਰੋਡੇ ਹਿੰਦ ਹਕੂਮਤ ਨੇ ਕਤਲ ਕੀਤੇ ਹੈ, ਉਹਨਾਂ ਦਾ ਨਾਂ ਲਿਆ? ਕਿਤੇ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਕਤਲ ਕੀਤਾ, ਕਿਸੇ ਨੇ ਤੁਹਾਡੇ ਵਿੱਚੋਂ ਉਹਨਾਂ ਦਾ ਨਾਂ ਲਿਆ? ਕਿਸੇ ਨੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ, ਜਿਹਦਾ ਐਕਸੀਡੈਂਟ ਦਿਖਾ ਕੇ ਹਿੰਦ ਹਕੂਮਤ ਨੇ ਕਤਲ ਕੀਤਾ, ਉਹਦਾ ਨਾਂ ਲਿਆ? ਕਿਸੇ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲ ਨੂੰ, ਜਿਸ ਨੇ ਹਕੂਮਤ ਨੇ ਕਤਲ ਕੀਤਾ, ਕਿਸੇ ਦੇ ਨਾਂ ਲਿਆ? ਜੇ ਨਹੀਂ ਲਿਆ ਤੇ ਮੈਂ ਤੁਹਾਥੋਂ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ, ਜਿਹੜੇ ਅੱਜ ਤੁਸੀਂ ਇੱਕ ਵਾਰ ਮੇਰੇ ਉੱਤੇ ਕਰ ਰਹੇ ਹੋ, ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਹੋਇਆ, ਤੁਸੀਂ ਕੀ ਕੀਤਾ? ਅਸੀਂ ਕੀਤਾ ਤਦੇ ਮੈਂ ਅੱਜ ਬੋਲ ਰਿਹਾ ਹਾਂ। ਅੱਜ ਸਾਡੇ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਤੋਂ ਖੜੇ ਹੈ, ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਿਵਾਰ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ। ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫਿਰੋਜ਼ਪੁਰ ਤੋਂ ਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ। ਫਰੀਦਕੋਟ ਦਾ ਮੈਂ ਤੁਹਾਨੂੰ ਦੱਸ ਚੁੱਕਿਆ, ਜੇ ਤਾਂ ਮੈਨੂੰ ਹੁਣ ਤੁਸੀਂ ਖੋਤੇ 'ਤੇ ਚਾੜਨਾ, ਤੁਹਾਡੀ ਮਰਜ਼ੀ ਹੈ, ਪਰ ਮੈਂ
ਆਪਣੇ ਪੰਥ ਦੇ ਕਾਇਦੇ ਤੋਂ ਇੱਕ ਮਿੰਟ ਇੱਕ ਸਕਿੰਟ ਡਿੱਗਣ ਨੂੰ ਤਿਆਰ ਨਹੀਂ ਹੈ। ਤੁਹਾਨੂੰ ਚੰਗਾ ਲੱਗਦਾ ਮਾੜਾ ਲੱਗਦਾ ਇਹ ਤੁਸੀਂ ਦੇਖਣਾ, ਪਰ ਪਰਿਵਾਰਵਾਦ ਦੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ, ਉਹ ਅੱਜ ਕਾਂਗਰਸ ਬੀਜੇਪੀ ਬਾਦਲ ਆਮ ਆਦਮੀ ਪਾਰਟੀ ਦੀ ਬੁੱਕਲ ਦੇ ਵਿੱਚ ਵੜ ਗਏ ਹੈ। ਔਰ ਸੰਤ ਮਹਾਰਾਜ ਕਰਤਾਰ ਸਿੰਘ ਦੇ ਪੋਤਾ ਚੜ੍ਹਤ ਸਿੰਘ ਫਰੀਦਕੋਟ ਦੇ ਵਿੱਚ ਸਾਡੀ ਪਾਰਟੀ ਦੇ ਕੈਂਡੀਡੇਟ ਦੇ ਵਿਰੁੱਧ ਉੱਥੇ ਕੈਂਪੇਨਿੰਗ ਕਰ ਰਿਹਾ। ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਆਪਣਾ ਰਿਕਾਰਡ ਪੂਰਾ ਕਲੀਅਰ ਕੀਤਾ ਔਰ ਤੁਹਾਨੂੰ ਦੱਸਿਆ ਕਿ ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ, ਜਿਵੇਂ ਸੰਤ ਫਤਿਹ ਸਿੰਘ ਨੇ ਨਹੀਂ ਚਲਾਇਆ, ਜਿਵੇਂ ਬਾਦਲਾਂ ਨੇ ਨਹੀਂ ਚਲਾਇਆ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ, ਫਿਰ ਤੁਹਾਡੀ ਮਰਜ਼ੀ ਹੈ। ਅਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ 40 ਸਾਲ ਤੋਂ ਵਫਾਦਾਰੀ ਦੇ ਨਾਲ ਚੱਲ ਰਹੇ ਹਾਂ, ਚੱਲਾਂਗੇ। ਹਨੇਰੀ ਆਵੇ, ਝੱਕੜ ਆਵੇ, ਮੀਂਹ ਆਏ, ਕੁਛ ਹੈ, ਅਸੀਂ ਮੈਦਾਨ ਨਹੀਂ ਛੱਡਣਾ।